ਸਤਿ ਸ਼੍ਰੀ ਅਕਾਲ, ਮੈਂ ਰਮਨ ਢਿੱਲੋਂ ਪੰਜਾਬੀ ਟਰੈਕਿੰਗ ਮੈਗਜ਼ੀਨ ਵੱਲੋਂ ਇਹ ELD ਦੇ ਬਾਰੇ ਦੇ ਵਿੱਚ ਇੱਕ ਛੋਟਾ ਜਿਹਾ ਅਪਡੇਟ ਲੈ ਕੇ ਹਾਜ਼ਰ ਹੋਇਆ ਕਿ ਜਦੋਂ ਤੁਸੀਂ ਨਵੀਂ ELD ਲੈਣੀ ਆ ਤਾਂ ਅਜੇ ਵੀ ਬਹੁਤ ਸਾਰੇ ਮੇਰੇ ਟਰੱਕਰਸ ਵੀਰਾਂ ਦੇ ਵਿੱਚ ਇਹ ਥੋੜ੍ਹੀ ਜਿਹੀ ਪ੍ਰੋਬਲਮ ਹੈ ਕਿ ਕਿਹੜੀ ELD ਲਈ ਜਾਵੇ, ਕਿਉਂਕਿ ਕਾਫੀ ELDs ਇਸ ਵੇਲੇ ਮਾਲ ਫੰਕਸ਼ਨ ਹੋ ਰਹੀਆਂ ਜਾਂ ਕਾਫੀ ELDs ਵਿੱਚ ਪ੍ਰੋਬਲਮ ਆ ਰਹੀ ਹੈ। ਸੋ ਉਹਦੇ ਲਈ ਤੁਸੀਂ ਜਿਹੜੀ ਨਵੀਂ ELD ਚੂਜ਼ ਕਰਨੀ ਆ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਮਿਨੀਮਮ ਚੀਜ਼ਾਂ ਦੇਖਣੀਆਂ ਜ਼ਰੂਰੀ ਆ, ਉਹਦੇ ਬਾਰੇ ਦੇ ਵਿੱਚ ਆਪਾਂ ਇਸ ਵੀਡੀਓ 'ਚ ਛੋਟੇ ਜਿਹੇ ਵੀਡੀਓ 'ਚ ਗੱਲਬਾਤ ਕਰਾਂਗੇ। ਸੋ ਪਲੀਜ਼ ਇਹਨੂੰ ਸ਼ੇਅਰ ਜ਼ਰੂਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਅਤੇ ਚਲੋ ਜੀ ਚੱਲਦੇ ਹਾਂ। ਜਿਹੜਾ ਪਹਿਲਾ ਟਿਪ ਹੈਗਾ ਕਿ ਮੋਸਟ ਇੰਪੋਰਟੈਂਟ ਜਿਹੜਾ ਟਿਪ ਹੈਗਾ ਕਿ ਤੁਸੀਂ ਆਪਣੇ FMCSA ਦੀ ਸਾਈਟ ਦੇ ਉੱਤੇ ਜਾ ਕੇ ਆਪਣੇ ਜਿਹੜੀ ELD ਜਿਹੜੀ ਮਾਡਲ ਨੰਬਰ ਤੁਹਾਡਾ ELD ਦਾ ਹੈਗਾ ਰਜਿਸਟਰ, ਉਹ ਜ਼ਰੂਰੀ ਹੈਗਾ ਦੇਖਣਾ ਕਿ ਉਹ ਮਾਡਲ ਜਿਹੜਾ ਉੱਥੇ ਰਜਿਸਟਰ ਹੈਗਾ ਕਿ ਨਹੀਂ ਹੈਗਾ। ਹੋ ਸਕਦਾ ਕੰਪਨੀ ਉੱਥੇ ਰਜਿਸਟਰ ਹੋਵੇ ਪਰ ਜਿਹੜਾ ਮਾਡਲ ਤੁਸੀਂ ਬਾਏ ਕਰਨ ਲੱਗੇ ਆ ਉਹ ਹੋ ਸਕਦਾ ਰਜਿਸਟਰ ਨਾ ਹੋਵੇ। ਸੋ ਇਹਦੇ ਲਈ ਬਹੁਤ ਜ਼ਰੂਰੀ ਹੈਗਾ ਕਿ ਇਹ ਚੈੱਕ ਕਰਨਾ। ਸਾਰੇ ਵੈਂਡਰਸ ਜਿਹੜੇ ਆ ਸੈਲਫ ਸਰਟੀਫਾਈਡ ਹੈਗੇ ਆ, ਪਰ ਸੈਲਫ ਸਰਟੀਫਿਕੇਸ਼ਨ ਦੇ ਨਾਲ ਤੁਹਾਡਾ ਜਿਹੜਾ ਆ ਉਹ ਬਹੁਤ ਜ਼ਰੂਰੀ ਹੈਗਾ ਉਹਨੂੰ ਚੈੱਕ ਕਰਨਾ ਉੱਥੇ ਕਿ ਉਹ ਵੈਂਡਰ ਜਿਹੜਾ ਅਪਰੂਵਡ ਲਿਸਟ ਦੇ ਵਿੱਚ ਹੈਗਾ। ਇਹ ਜਿਹੜਾ ਲਿਸਟ ਲਿੰਕ ਹੈਗਾ ਇਹ ਅਸੀਂ ਲਿੰਕ ਥੱਲੇ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਇਹਨੂੰ ਪੋਸਟ ਕਰਾਂਗੇ ਤਾਂ ਕਿ ਤੁਸੀਂ ਉੱਥੋਂ ਇਹਨੂੰ ਕਲਿੱਕ ਕਰਕੇ ਅਤੇ ਆਪਣਾ ਜਿਹੜਾ ਵੈਂਡਰ ਹੈਗਾ ਉਹਦੀ ਲਿਸਟਿੰਗ ਚੈੱਕ ਕਰ ਸਕੋ ਲਿਸਟ ਦੇ ਵਿੱਚ FMCSA ਦੇ। ਇਹ ਬਹੁਤ ਜ਼ਰੂਰੀ ਫਸਟ ਸਟੈਪ ਹੈਗਾ ਤੁਹਾਡੇ ਜਿਹੜੀ ਕਾਮਯਾਬੀ ਲਈ ਕਿ ਤੁਸੀਂ ਜਿਹੜੀ ELD ਲੈ ਰਹੇ ਹੋ ਉਹ ਕਾਮਯਾਬ ਹੋਵੇ। ਸੈਕਿੰਡ ਟਿਪ ਹੈਗਾ ਜੀ, ਜਿਹੜਾ ਤੁਸੀਂ ELD ਬਾਏ ਕਰਨ ਲੱਗਿਆ ਮੇਕ ਸ਼ੋਰ ਆਪਣੇ ਜਿਹੜਾ ਤੁਹਾਡਾ ਬੈਟਰ ਬਿਜ਼ਨਸ ਬਿਊਰੋ ਹੈਗਾ ਉਹਦੇ 'ਤੇ ਉਹਨੂੰ ਥੋੜ੍ਹੀ ਜਿਹੀ ਉਹਦੀ ਬੈਕਗਰਾਊਂਡ ਹਿਸਟਰੀ ਜਾਂ ਗੂਗਲ ਦੇ ਉੱਤੇ ਉਹਦੇ ਵਿਊਜ਼ ਆ ਰਿਵਿਊਜ਼ ਜਿਹੜੇ ਆ ਉਹ ਜ਼ਰੂਰ ਚੈੱਕ ਕਰ ਲਓ, ਕਿਉਂਕਿ ਹੋ ਸਕਦਾ ਦੂਸਰੇ ਲੋਕਾਂ ਨੇ ਜਿਹਨੂੰ ਇਹਨੂੰ ਬਾਏ ਕੀਤਾ ਹੋਵੇ ਉਹਨਾਂ ਦੇ ਲਈ ਕੋਈ ਇਸ਼ੂ ਆ ਰਿਹਾ ਹੋਵੇ ਜਾਂ ਕੋਈ ਗੁੱਡ ਰਿਵਿਊਜ਼ ਹੋਣ, ਗੁੱਡ ਔਰ ਬੈਡ ਵਟ ਐਵਰ ਯੂ ਨੀਡ ਟੂ ਨੋ। ਸੋ ਉਹ ਰਿਵਿਊਜ਼ ਜ਼ਰੂਰ ਚੈੱਕ ਕਰ ਲੈਣੇ। ਟਿਪ ਨੰਬਰ 3, ਅਤੇ ਕਾਫੀ ELDs ਦੇ ਵਿੱਚ ਜਿਹੜਾ ਆ ਉਹ ਇੱਕ ਨਾਲ ਉਹਨਾਂ ਦੇ ਫਲੀਟ ਮੈਨੇਜਮੈਂਟ ਸੋਫਟਵੇਅਰ ਵੀ ਆਉਂਦਾ ਆ। ਕਾਫੀ ELDs ਜਿਹੜੇ ਪ੍ਰੋਡਕਟ ਹੈਗੇ ਉਹਨਾਂ ਦੇ ਫਲੀਟ ਮੈਨੇਜਮੈਂਟ ਸੋਫਟਵੇਅਰ ਵੀ ਹੈਗਾ। FMCSA ਵੱਲੋਂ ਐਸੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਕਿ ਤੁਹਾਨੂੰ ਉਹ ਜਿਹੜਾ ਫਲੀਟ ਮੈਨੇਜਮੈਂਟ ਸੋਫਟਵੇਅਰ ਆ ਉਹ ਨਾਲ ਖਰੀਦਣਾ ਜ਼ਰੂਰੀ ਆ। ਸੋ ਜਿਹੜਾ ਫਲੀਟ ਮੈਨੇਜਮੈਂਟ ਸਿਸਟਮ ਸੋਫਟਵੇਅਰ ਕਈ ਕੁਛ ਹੁੰਦਾ ਉਹਦੇ 'ਚ ਕਈ ਚੀਜ਼ਾਂ ਹੋਰ ਹੁੰਦੀਆਂ, ਸੋ ਉਹ ਰਿਕੁਆਇਰਡ ਨਹੀਂ ਹੈਗੀਆਂ FMCSA ਵੱਲੋਂ ਕਿ ਤੁਸੀਂ ਉਹ ਚੀਜ਼ਾਂ ਵੀ ਲੈਣੀਆਂ ਜ਼ਰੂਰੀ ਆ। ਸੋ ਸਿਰਫ ELD ਜਿਹੜੀ ਆ ELD ਰਿਕੁਆਇਰਮੈਂਟ ਪੂਰੀ ਕਰਦੀ ਹੋਣੀ ਚਾਹੀਦੀ ਅਤੇ ਉਹ ਤੁਹਾਡੇ ਲਈ ਜ਼ਰੂਰੀ ਆ। ਅਤੇ ਇਸ ਤੋਂ ਬਾਅਦ ਆਪਾਂ ਇੱਕ ਚੈੱਕਲਿਸਟ 'ਤੇ ਨਜ਼ਰ ਮਾਰਾਂਗੇ ਕਿ ਚੈੱਕਲਿਸਟ ਜਿਹੜੀ ਆ ਉਹ ELD ਬਾਏ ਕਰਨ ਤੋਂ ਪਹਿਲਾਂ ਤੁਸੀਂ ਉਹ ਚੈੱਕਲਿਸਟ ਜ਼ਰੂਰ ਦੇਖੋ, ਉਹਦੀਆਂ ਸਪੈਸੀਫਿਕੇਸ਼ਨ ਜ਼ਰੂਰ ਦੇਖੋ। ਜਿਹੜੀ ਲਿਸਟ ਅਸੀਂ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਇਹ ਪੂਰੀ ਇੱਕਦਮ ਕੰਪਲੀਟ ਨਹੀਂ ਗੀ, ਲੇਕਿਨ ਇਹ ਕਾਫੀ ਹੱਦ ਤੱਕ ਜਿਹੜੇ ਵੈਂਡਰ ਨੂੰ ਤੁਸੀਂ ਬਾਏ ਕਰਨ ਲੱਗੇ ਜਿਹਦੇ ਕੋਲੋਂ ਤੁਸੀਂ ELD ਬਾਏ ਕਰਨ ਲੱਗੇ ਆ ਉਹਦੀ ਜਿਹੜੀ ਕਾਬਲੀਅਤ ਆ ਉਹਦੇ 'ਤੇ ਕਾਫੀ ਹੱਦ ਤੱਕ ਇਹ ਪੂਰੀ ਉਤਰਦੀ ਹੋਏਗੀ ਕਿ ਜਿਹੜੀ ELD ਤੁਸੀਂ ਇਹਨਾਂ ਚੈੱਕਲਿਸਟ ਨੂੰ ਦੇਖਣ ਤੋਂ ਬਾਅਦ ਬਾਏ ਕਰੋਗੇ ਤਾਂ ਉਹ ਕਾਫੀ ਹੱਦ ਤੱਕ ਤੁਹਾਡੇ ਲਈ ਵਧੀਆ ਹੋਏਗੀ। ਸੋ ਪਹਿਲੀ ਜਿਹੜੀ ਰਿਕੁਆਇਰਮੈਂਟ ਹੈਗੀ ਆ ਕਿ ਉਹਦੇ ਵਿੱਚ ਦੋ ਸੈਪਰੇਟ ਅਕਾਊਂਟ ਹੋਣੇ ਚਾਹੀਦੇ ਆ, ਇੱਕ ਡਰਾਈਵਰ ਵਾਸਤੇ ਅਤੇ ਇੱਕ ਬੈਕਐਂਡ ਆਫਿਸ ਵਾਸਤੇ ਜਿਹੜਾ ਐਡਮਿਨਿਸਟ੍ਰੇਟਿਵ ਆ ਜਿਹੜਾ ਨੋਨ ਡਰਾਈਵਰ ਆ ਤੁਹਾਡੇ ਬੈਕਐਂਡ 'ਚ ਕੰਮ ਕਰਦਾ ਆ ਉਹਦੇ ਲਈ। ਜਿਹੜੀ ELD ਹੈਗੀ ਆ ਉਹ ਤੁਹਾਡੇ ਟਰੱਕ ਦੇ ECM ਦੇ ਨਾਲ ਉਹ ਜਿਹੜੀ ਆ ਸਿੰਕ ਕਰਦੀ ਹੋਣੀ ਚਾਹੀਦੀ ਆ, ਜਿਹਦੇ ਵਿੱਚ ਕਿ ਉਹ ਇੰਜਣ ਆਵਰ ਰਿਕਾਰਡ ਕਰੇ, ਪਾਵਰ ਸਟੈਟਸ ਰਿਕਾਰਡ ਕਰੇ ਅਤੇ ਮੋਸ਼ਨ ਸਟੈਟਸ ਅਤੇ ਹੋਰ ਜਿਹੜਾ ਡਾਟਾ ਰਿਕੁਆਇਰਡ ਹੈਗਾ। ਸੋ ਇਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਹੈਗੀ ਆ ਉਹ ਆਟੋਮੈਟਿਕਲੀ ਰਿਕਾਰਡ ਕਰਦੀ ਹੋਣੀ ਚਾਹੀਦੀ ਆ ਐਵਰੀ 60 ਮਿੰਟ ਇੰਟਰਵਲ ਦੇ ਉੱਤੇ, ਜਿਹੜੀ ਡੇਟ, ਟਾਈਮ, ਲੋਕੇਸ਼ਨ, ਇੰਜਰ ਆਵਰਸ, ਵਹੀਕਲ ਮਾਈਲਸ ਐਂਡ ਡਰਾਈਵਰ ਆਈਡੈਂਟੀਫਿਕੇਸ਼ਨ, ਇਹ ਚੀਜ਼ਾਂ ਜਿਹੜੀਆਂ ਆ ਇਹ ਬਹੁਤ ਲਾਜ਼ਮੀ ਹੈਗੀਆਂ ਕਿ ਹਰ ਇੱਕ ਘੰਟੇ ਬਾਅਦ ਤੁਹਾਡੀ ELD ਜਿਹੜੀ ਆ ਇਹਨਾਂ ਸਾਰਿਆਂ ਨੂੰ ਰਿਕਾਰਡ ਕਰਕੇ ਬੈਕ ਐਂਡ ਆਫਿਸ ਦੇ ਵਿੱਚ ਭੇਜਦੀ ਹੋਵੇ। ਇਸ ਤੋਂ ਅਗਲੀ ਜਿਹੜੀ ਆਪਣੀ ਹੈਗੀ ਆ ਲਿਸਟ ਦੇ ਵਿੱਚ ਜੀ ਉਹ ਜੀ ਆ ਰਿਕਾਰਡ ਲੋਕੇਸ਼ਨ, ਜਿਹੜੀ ਲੋਕੇਸ਼ਨ ਜਦੋਂ ਤੁਸੀਂ ਡਰਾਈਵ ਟਾਈਮ ਕਰਦੇ ਹਾਂ ਅਤੇ ਡਰਾਈਵ ਟਾਈਮ ਦੇ ਵਿੱਚ ਤੁਹਾਡੀ 1 ਮਾਈਲ ਰੇਡੀਅਸ ਦੇ ਵਿੱਚ ਐਕੂਰੇਸੀ ਹੋਣੀ ਚਾਹੀਦੀ ਆ, ਜਿੱਥੇ ਤੁਸੀਂ ਹੈਗੇ ਆ ਉਹ 1 ਮਾਈਲ ਤੋਂ ਬਾਹਰ ਐਕੂਰੇਸੀ ਨਾ ਹੋਵੇ। ਜੇ 1 ਮਾਈਲ ਤੋਂ ਬਾਹਰ ਐਕੂਰੇਸੀ ਹੈਗੀ ਆ, ਜਿੱਦਾਂ ਕਿ ਕਾਫੀ ਅੱਗੇ ਸਿਚੁਏਸ਼ਨ ਆਉਂਦੀ ਸੀਗੀ ਕਿ ਜਿੱਥੇ ਕਿਹਾ ਜਾਂਦਾ ਸੀਗਾ ਕਿ ਸਾਡਾ ਟਰੱਕ ਇੱਥੇ ਆ ਅਤੇ ਸਾਡੀ ਲੋਕੇਸ਼ਨ ਹੋਰ ਕਿਤੇ ਦੱਸਦੀ ਆ, ਸੋ ELD ਦੇ ਵਿੱਚ ਹੁਣ 1 ਮੀਲ ਦੀ ਐਕੂਰੇਸੀ ਹੈਗੀ ਆ ਕਿ ਉਹਦੇ ਵਿੱਚ ਸ਼ੋਅ ਕਰਨੀ ਚਾਹੀਦੀ ਹੈ।
ਦੂਸਰੀ ਜਿਹੜੀ ਆ ਜਿਹੜੀ ਪਰਸਨਲ ਯੂਜ਼ ਹੈਗੀ ਆ ਉਹਦੇ ਵਿੱਚ ਐਕੂਰੇਸੀ ਜਿਹੜੀ ਆ ਉਹ 10 ਮੀਲ ਰੇਡੀਅਸ ਦੇ ਵਿੱਚ ਹੋਣੀ ਚਾਹੀਦੀ ਆ। ਸੋ ਪਰਸਨਲ ਕਨਵੈਂਸ ਦੇ ਵਿੱਚ ਜਾਂ ਪਰਸਨਲ ਯੂਜ਼ ਦੇ ਵਿੱਚ ਜਦੋਂ ਤੁਸੀਂ ਟਰੱਕ ਲੈ ਕੇ ਜਾਂਦੇ ਆ ਤਾਂ ਉਹਦੀ ਐਕੂਰੇਸੀ ਜਿਹੜੀ ਆ ਉਹ 10 ਮਾਈਲ ਰੇਡੀਅਸ ਦੀ ਰੱਖੀ ਗਈ ਆ। ਸੋ ਇਹ ਚੀਜ਼ਾਂ ਜਿਹੜੀਆਂ ਇਹ ਰਿਕੁਆਇਰਡ ਹੈਗੀਆਂ। ਉਸ ਤੋਂ ਬਾਅਦ ਜਿਹੜਾ ELD ਦਾ ਟਾਈਮ ਹੈਗਾ, ਜਿਹੜਾ ਟਾਈਮ ਕਿਉਂਕਿ ਹੁਣ ਕੁਛ ਈਸਟ ਕੋਸਟ 'ਤੇ ਆ ਕੁਛ ਵੈਸਟ ਕੋਸਟ 'ਤੇ ਆ, ਸੋ ਇਹ ਜਿਹੜਾ ਆ ਕੋਆਰਡੀਨੇਟਡ ਯੂਨੀਵਰਸਲ ਟਾਈਮ ਚਾਹੀਦਾ, UTC ਦੇ ਟਾਈਮ ਦੇ ਮੁਤਾਬਕ ਉਹ ਚੱਲਦੀ ਹੋਣੀ ਚਾਹੀਦੀ ਆ। ਇਹਦੇ ਵਿੱਚ ਘੱਟੋ ਘੱਟ ਨਹੀਂ ਤਾਂ 24 ਘੰਟੇ ਦਾ ਡਾਟਾ ਅਤੇ ਪਲੱਸ ਪਿਛਲੇ 7 ਦਿਨਾਂ ਦਾ ਡਾਟਾ ਤੁਹਾਡੀ ਜਿਹੜੀ ਆ ELD ਆ ਉਹਦੇ ਵਿੱਚ ਹੋਣਾ ਚਾਹੀਦਾ ਜਦੋਂ ਤੁਹਾਡੇ ਕੋਲ ਲਾ ਇਨਫੋਰਸਮੈਂਟ ਵਾਲੇ ਜਿਹੜੇ ਆ ਉਹ ਡਾਟਾ ਔਨ ਓਵਰ ਦਾ ਰੋਡ ਜਾਂ ਇੰਸਪੈਕਸ਼ਨ 'ਤੇ ਮੰਗਣ। ਜਿਹੜੀ ਰਿਕੁਆਇਰਮੈਂਟ ਅਗਲੀ ਹੈਗੀ ਆ ਉਹਦੇ ਵਿੱਚ ਹੈਗੀ ਕਿ ਇਹ ਤੁਹਾਡਾ ਜਿਹੜਾ ਡਾਟਾ ਟੈਂਪਰਿੰਗ ਆ ਡਜ਼ ਨਾਟ ਅਲਾਓ ਐਨੀ ਵਨ ਟੂ ਆਲਟਰ ਔਰ ਰੇਜ਼ ਇਨਫੋਰਮੇਸ਼ਨ ਓਰੀਜਨਲੀ ਕਲੈਕਟਡ ਫੋਰ ਡਰਾਈਵਰ ਰੈਕਡਸ। ਸੋ ਇਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਵੀ ਇਨਫੋਰਮੇਸ਼ਨ ਉਹਦੇ ਵਿੱਚ ਕਲੈਕਟ ਹੋਈ ਹੈ ELD ਦੇ ਵਿੱਚ ਉਹ ਕੋਈ ਵੀ ਰੇਜ਼ ਨਾ ਕਰ ਸਕਦਾ ਹੋਵੇ, ਨਾ ਉਹਨੂੰ ਚੇਂਜ ਕਰ ਸਕਦਾ ਹੋਵੇ। ਰਿਕੁਆਇਰਸ ਡਰਾਈਵਰ ਟੂ ਰਿਵਿਊ ਅਨਆਡੈਂਟੀਫਾਈਡ ਰੈਕਰਡਸ। ਹਾਂ ਜੀ, ਇਹ ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ ਕਿ ਇਹਦੇ ਵਿੱਚ ਮੰਨ ਲਓ ਕਿ ਟਰੱਕ ਜੇ ਕੋਈ ਮਾਈਲਸ, ਜਿਹੜੀ ਅਸੀਂ ਕਾਫੀ ਅੱਗੇ ਵੀ ਗੱਲ ਕਰਦੇ ਹਾਂ ਕਿ ਮਾਈਲਸ ਚੱਲਿਆ ਟਰੱਕ ਅਤੇ ਉਹ ਡਰਾਈਵਰ ਨੇ ਨਹੀਂ ਚਲਾਇਆ, ਜਾਂ ਮੈਂ ਕਹਾਂ ਕਿ ਉਹਦੇ ਵਿੱਚ ਤਾਰ ਕੱਢ ਕੇ ਚਲਾਇਆ ਜਾਂ ਕੁਛ ਵੀ ਆ, ਉਹ ਡਰਾਈਵਰ ਨੂੰ ਇੱਕ ਆਪਸ਼ਨ ਆਉਣੀ ਜ਼ਰੂਰੀ ਹੁੰਦੀ ਆ ਕਿ ਜਦੋਂ ਉਹ ਦੁਬਾਰਾ ਟਰੱਕ ਔਨ ਕਰਦਾ ਜੇ ਉੱਥੇ ਅਨਆਡੈਂਟੀਫਾਈਡ ਮਾਈਲਸ ਉਹ ਆ ਰਿਹਾ ਉਹਦੇ ਉੱਤੇ ਕਿ ਅਨਆਡੈਂਟੀਫਾਈਡ ਮਾਈਲਸ ਹੈਗੇ ਵਿੱਚ ਪਹਿਲਾਂ ਟਰੱਕ ਚੱਲਿਆ ਆ, ਜਿਹੜੀ ਪਿਛਲੀ ਲੋਕੇਸ਼ਨ ਸੀ ਉਸ ਤੋਂ ਦੂਸਰੀ ਲੋਕੇਸ਼ਨ 'ਤੇ ਆ, ਇੰਨੇ ਮਾਈਲਸ ਚੇਂਜ ਹੋ ਗਏ। ਸੋ ਜਿਹੜੇ ਅਨਆਡੈਂਟੀਫਾਈਡ ਡਰਾਈਵਰਸ ਆ ਮਾਈਲਸ ਹੈਗੇ ਆ ਉਹ ਈਧਰ ਜਿਹੜਾ ਡਰਾਈਵਰ ਨੇ ਡਰਾਈਵ ਕੀਤਾ ਉਹ ਆਪਣੇ ਨਾਂ 'ਤੇ ਪਾਵੇ, ਜਾਂ ਜਿਹੜਾ ਕਿ ਡਰਾਈਵਰ ਹੈਗਾ ਉਹ ਇਹ ਲਿਖ ਸਕਦਾ ਉੱਥੇ ਐਨੋਟੇਸ਼ਨ ਕਿ ਇਹ ਜਿਹੜੇ ਮਾਈਲਸ ਆ ਉਹਨੂੰ ਬਿਲੋਂਗ ਨਹੀਂ ਕਰਦੇ। ਸੋ ਇਹ ਬਹੁਤ ਜ਼ਰੂਰੀ ਚੀਜ਼ ਹੈ ਦੇਖਣ ਵਾਲੀ ਕਿ ਇਹ ਆਪਸ਼ਨ ਉਹਦੇ ਵਿੱਚ ਹੋਣੀ ਚਾਹੀਦੀ ਆ, ਜਿਹੜੇ ਅਨਆਡੈਂਟੀਫਾਈਡ ਮਾਈਲਸ ਨੂੰ ਕਿਵੇਂ ਉਹਨਾਂ ਨੇ ਅਸਾਈਨ ਕਰਨਾ ਦੂਸਰੇ ਡਰਾਈਵਰ ਨੂੰ ਜਾਂ ਉਸੇ ਡਰਾਈਵਰ ਨੂੰ। ਅਤੇ ਇੱਕ ਹੋਰ ਚੀਜ਼ ਜਿਹੜੀ ਆ ਜ਼ਰੂਰੀ ਆ ਕਿ ਡਰਾਈਵਰ ਨੂੰ ਅਲਾਓ ਕਰਦੀ ਹੋਵੇ ਕਿ ਜਦੋਂ ਡਰਾਈਵਰ ਡਿਮਾਂਡ ਕਰੇ ਕਿ ਮੈਨੂੰ ਮੇਰੇ ਜਿਹੜੇ ਆ ਇਲੈਕਟ੍ਰੋਨਿਕ ਲੌਗਸ ਜਿਹੜੀਆਂ ਮੈਨੂੰ ਪਿਛਲੀਆਂ ਚਾਹੀਦੀਆਂ ਔਰ ਮੈਨੂੰ ਪ੍ਰਿੰਟ ਆਊਟ ਜਾਂ ਇਲੈਕਟ੍ਰੋਨਿਕ ਫਾਈਲ ਦੇ ਜ਼ਰੀਏ ਡਰਾਈਵਰ ਨੂੰ ਇਹ ਜਿਹੜੀਆਂ ਲੌਗਸ ਆ ਉਹ ਟ੍ਰਾਂਸਫਰਬਲ ਹੋ ਸਕਦੀਆਂ ਹੋਣ ACLD 'ਚ। ਅਗਲੀ ਜਿਹੜੀ ਆ ਜੀ ਉਹਦੇ 'ਚ ਕਿ ਇਹ ਘੱਟੋ ਘੱਟ 2 ਆਪਸ਼ਨ ਜਿਹੜੀਆਂ ਆ ਸਪੋਰਟ ਕਰਦੀ ਹੋਏ ਡਾਟਾ ਟ੍ਰਾਂਸਫਰ ਕਰਨ ਨੂੰ, ਟੈਲੀਮੈਟਿਕ ਯੂਜ਼ਿੰਗ ਵਾਇਰਲੈਸ ਵੈਬ ਸਰਵਿਸਿਜ਼ ਐਂਡ ਈਮੇਲ ਔਰ ਲੋਕਲ ਟ੍ਰਾਂਸਫਰ ਟਾਈਪ USB 2.0 ਐਂਡ ਬਲੂਟੂਥ। ਸੋ ਇਹ ਸਾਰਿਆਂ ਨੂੰ ਪਤਾ ਕਿ ਇਹ ਜਿਹੜੀ ਸਰਵਿਸਿਜ਼ ਹੈਗੀਆਂ ਰੋਡ ਸਾਈਡ ਇੰਸਪੈਕਸ਼ਨ 'ਤੇ ਜਾਂ ਤੁਹਾਡੇ ਸਕੇਲ ਦੇ ਉੱਤੇ ਇਹ ਕੰਮ ਆਉਣੀਆਂ, ਜਦੋਂ ਕਿ ਆਫਿਸਰ ਤੁਹਾਨੂੰ ਕਹਿੰਦਾ ਕਿ ਤੁਸੀਂ ਮੈਨੂੰ ਡਾਟਾ ਆਪਣਾ ਟ੍ਰਾਂਸਫਰ ਕਰੋ ਅਤੇ ਉਦੋਂ ਇਹ ਯੂਜ਼ ਹੁੰਦੀ ਹੈ। ਅਤੇ ਡਿਸਪਲੇ ਆਲ ਸਟੈਂਡਰਡਾਈਜ਼ ਡਾਟਾ ਟੂ ਆਥੋਰਾਈਜ਼ ਸੇਫਟੀ ਅਫੀਸ਼ਲਸ ਔਨ ਡਿਮਾਂਡ ਥਰੂ ਅ ਸਕਰੀਨ ਡਿਸਪਲੇ ਔਰ ਪ੍ਰਿੰਟ ਆਊਟ ਦੈਟ 3 ਐਲੀਮੈਂਟਸ ਅ ਡੇਲੀ ਹੈਡਰ ਗ੍ਰਾਫ ਗ੍ਰੇਡ ਸ਼ੋਇੰਗ ਡਰਾਈਵਰ ਡਿਊਟੀ ਸਟੇਟਸ ਐਂਡ ਡਿਟੇਲ ਲੌਗ ਡਾਟਾ। ਅਤੇ ਇਹ ਜਿਹੜੀ ਚੀਜ਼ ਆ, ਇਹ ਜਿਹੜੀ ਤੁਹਾਡੀ ਡਿਸਪਲੇ ਹੈਗਾ, ਇਹ ਚੀਜ਼ਾਂ ਸਾਰੀਆਂ ਡਿਸਪਲੇ ਕਰਦਾ ਹੋਣਾ ਚਾਹੀਦਾ। 3 ਚੀਜ਼ਾਂ ਜਿਹੜੀਆਂ ਆ, ਡੇਲੀ ਹੈਡਰ, ਗ੍ਰਾਫ ਗ੍ਰਿਡ ਅਤੇ ਡਿਊਟੀ ਡਰਾਈਵਿੰਗ ਡਿਊਟੀ ਸਟੈਟਸ ਜਿਹੜੀ ਆ ਚੇਂਜਸ ਆ ਉਹ ਡਿਸਪਲੇ ਕਰਦਾ ਹੋਣਾ ਚਾਹੀਦਾ, ਅਤੇ ਡੇਲੀ ਲੌਗ ਡਾਟਾ ਵੀ ਨਾਲ ਡਿਸਪਲੇ ਕਰਦਾ ਹੋਣਾ ਚਾਹੀਦਾ। ਗ੍ਰਾਫ ਗ੍ਰਿਡ ਜਿਹੜੀ ਪ੍ਰਿੰਟ ਕਰਕੇ ਜੇ ਤੁਸੀਂ ਦੇਣੀ ਆ ਤਾਂ ਘੱਟੋ ਘੱਟ 6 ਇੰਚ ਬਾਏ 1.5 ਇੰਚ ਦੀ ਉਹ ਹੋਣੀ ਚਾਹੀਦੀ ਆ। ਜੇ ਤੁਸੀਂ ਪ੍ਰਿੰਟ ਕਰਕੇ ਦੇ ਰਹੇ ਹੋ, ਤੁਹਾਡੀ ਜੀ ELD ਪ੍ਰਿੰਟਿੰਗ ਕਰਦੀ ਆ, ਅਤੇ ਤੁਸੀਂ ਉਹ ਪ੍ਰਿੰਟ ਜਿਹੜੀ ਆ 6 ਇੰਚ ਬਾਏ 1.5 ਇੰਚ ਦੀ ਹੋਣੀ ਚਾਹੀਦੀ ਆ। ਇਸ ਤੋਂ ਅੱਗੇ ਚੱਲਦੇ ਹਾਂ ਜੀ। ਰਿਕੁਆਇਰਡ ਡਰਾਈਵਰ ਸਰਟੀਫਿਕੇਸ਼ਨ ਐਂਡ ਐਨੋਟੇਸ਼ਨ ਰਿਟਨ ਐਕਸਪਲੇਨੇਸ਼ਨ ਆਫ ਐਨੀ ਐਡਿਟਸ ਟੂ ਰਿਕਾਰਡ ਦੈਟ ਆਰ ਮੇਡ ਬਾਏ ਦ ਡਰਾਈਵਰ ਔਰ ਐਨੀ ELDs। ਕਿਸੇ ਵੀ ਡਰਾਈਵਰ ਨੂੰ ਜਾਂ ELD ਯੂਜ਼ਰ ਨੂੰ ਉਹਦੇ ਵਿੱਚ ਜੇ ਉਹਨਾਂ ਨੇ, ਇੱਕ ਤਾਂ ਸਰਟੀਫਿਕੇਸ਼ਨ ਜ਼ਰੂਰੀ ਆ, ਇਹ ਬਹੁਤ ਜ਼ਰੂਰੀ ਆ ਕਿ ਤੁਸੀਂ ਐਟ ਦ ਐਂਡ ਆਫ ਐਵਰੀ ਡੇ ਸਰਟੀਫਾਈ ਕਰੋ ਆਪਣੇ। ਜਿਹੜੇ ਤੁਸੀਂ ਸਰਟੀਫਾਈ ਨਹੀਂ ਕਰਦੇ, ਜੇ ਤੁਸੀਂ ਆਪਣੀ ਉਸ ਦਿਨ ਦੀ ਲੌਗ ਬੁੱਕ ਸਰਟੀਫਾਈ ਨਹੀਂ ਕਰਦੇ, ਤਾਂ ਉਹ ਸੇਮ ਉੱਦਾਂ ਹੀ ਗਿਣੀ ਜਾਊਗੀ ਕਿ ਜਿੱਦਾਂ ਆਪਾਂ ਡਰਾਈਵਰ ਪਹਿਲਾਂ ਪੇਪਰ ਲੌਗ ਆ ਉੱਤੇ ਸਾਈਨ ਨਹੀਂ ਸੀ ਕੀਤੇ ਹੁੰਦੇ, ਅਤੇ ਉਹ ਸਾਈਨ ਨਾ ਕਰਨ ਦੇ ਉੱਤੇ ਆਪਾਂ ਨੂੰ ਟਿਕਟ ਮਿਲ ਜਾਂਦੀ ਸੀ। ਸੋ ਜੇ ਤੁਸੀਂ ਐਵਰੀ ਡੇ ਆਪਣੇ ਡਰਾਈਵਿੰਗ ਰੈਕਰਡ ਜਿਹੜਾ ਉਹ ਸਰਟੀਫਾਈਡ ਨਹੀਂ ਕੀਤਾ, ਤਾਂ ਉਹ ਇੱਕ ਵਾਇਲੇਸ਼ਨ ਮੰਨੀ ਜਾਊਗੀ ਨੈਕਸਟ ਡੇ। ਐਨੀਵੇ, ਇਹ ਆਪਣਾ ਇਹਦੇ ਵਿੱਚ ਨਹੀਂ ਸੀਗਾ, ਪਰ ਰਿਕੁਆਇਰਡ ਸਰਟੀਫਿਕੇਸ਼ਨ ਆਫ ਠੀਕ ਹੈ ਜੀ, ਐਟ ਦ ਐਂਡ ਆਫ ਦਾ 24 ਪੀਰੀਅਡ ਉਹ ਜਿਹੜੀ ਆ ਸਰਟੀਫਿਕੇਸ਼ਨ ਜ਼ਰੂਰੀ ਆ।
ELD ਪ੍ਰੋਵਾਈਡਰ ਨੂੰ ਤੁਹਾਨੂੰ ਇੱਕ ਯੂਜ਼ਰਸ ਮੈਨੂਅਲ ਜਿਹੜਾ ਆ ਉਹ ਪ੍ਰੋਵਾਈਡ ਕਰਨਾ ਪਊਗਾ ਕਿ ਉਹ ਉਸ ਦਰਮਿਆਨ ਜਦੋਂ ਕਿ ਉਹ ਮੈਲ ਫੰਕਸ਼ਨ ਕਰ ਜਾਏ ਅਤੇ ਰੈਕਡ ਕੀਪਿੰਗ ਕਿੱਦਾਂ ਰੱਖਣੀ ਆ, ਆਵਰਸ ਆਫ ਸਰਵਿਸ ਦੇ ਟ੍ਰਾਂਸਫਰ ਕਿੱਦਾਂ ਹੋਣੇ ਆ, ਕਿੱਦਾਂ ਔਫਿਸਰ ਨੂੰ ਟ੍ਰਾਂਸਫਰ ਹੋਣੇ ਆ ਅਤੇ ਹੋਰ ਸਾਰੀਆਂ ਚੀਜ਼ਾਂ। ਅਤੇ ਇਹਦੇ ਨਾਲ ਹੀ ਜਿਹੜਾ ਇੱਕ ਹੋਰ ਚੀਜ਼ ਜਿਹੜੀ ਅੱਗੇ ਬਹੁਤ ਜ਼ਰੂਰੀ ਆ ਕਿ ਉਹਦੇ ਵਿੱਚ ਵੋਲੀਊਮ ਕੰਟਰੋਲ ਹੋਣਾ ਅਤੇ ਮਿਊਟ ਬਟਨ ਹੋਣਾ ਜ਼ਰੂਰੀ ਹੈ ਜੇ ਤੁਹਾਡੀ ELD ਜਿਹੜੀ ਆ ਉਹਦੇ ਵਿੱਚ ਆਡੀਓ ਆਪਸ਼ਨ ਹੈਗੀ ਆ। ਜੇ ਆਡੀਓ ਆਪਸ਼ਨ ਆ ਤਾਂ ਮਿਊਟ ਬਟਨ ਜਿਹੜਾ ਉਹ ਰਿਕੁਆਇਰਡ ਹੈਗਾ, ਬਹੁਤ ਜ਼ਰੂਰੀ, ਕਿਉਂਕਿ ਜਿਹੜੀ ELD ਹੈਗੀ ਜਦੋਂ ਡਰਾਈਵਰ ਸਲੀਪ ਦੇ ਵਿੱਚ ਹੈਗਾ ਅਤੇ ਉਹ ਮੇਕ ਸ਼ੋਰ ਕਿ ਉਹ ਮਿਊਟ 'ਤੇ ਹੋਵੇ ਤਾਂ ਕਿ ਉਹ ਡਰਾਈਵਰ ਦੀ ਸਲੀਪ ਦੇ ਵਿੱਚ ਡਿਸਟਰਬੈਂਸ ਨਾ ਹੋਵੇ। ਸੋ ਇਹ ਚੀਜ਼ਾਂ ਜਿਹੜੀਆਂ ਇਹ ਬਹੁਤ ਹੀ ਜ਼ਰੂਰੀ ਹੈਗੀਆਂ। ਨਵੀਆਂ ELD ਜੇ ਤੁਸੀਂ ਪਰਚੇਸ ਕਰ ਰਹੇ ਹਾਂ ਜਾਂ ਤੁਸੀਂ ਆਪਣੀ ELD ਚੇਂਜ ਕਰ ਰਹੇ ਹਾਂ, ਕਿਉਂਕਿ ਕਾਫੀ ELDs ਇਸ ਵੇਲੇ ਮੈਲ ਫੰਕਸ਼ਨਸ ਵੀ ਹੋ ਰਹੀਆਂ ਅਤੇ ਕਾਫੀ ELDs ਜਿਹੜੀਆਂ ਬੈਕ ਆਰਡਰ ਵੀ ਹੈਗੀਆਂ। ਸੋ ਜੇ ਤੁਸੀਂ ਅਜੇ ਵੀ ਇਸ ਲਾਈਨ ਦੇ ਵਿੱਚ ਹੈਗੀਆਂ ਕਿ ਜਿੱਥੇ ਕਿ ELD ਤੁਸੀਂ ਪਰਚੇਸ ਕਰ ਰਹੇ ਹਾਂ ਅਤੇ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ। ਜਿਹੜੇ ਟਿਪਸ ਦਿੱਤੇ ਆ, ਜਿਹੜੀਆਂ ਰਿਕੁਆਇਰਮੈਂਟਸ ਦਿੱਤੀਆਂ, ਇਹਨਾਂ ਦਾ ਧਿਆਨ ਰੱਖੋ ਅਤੇ ਸਹੀ ਪ੍ਰੋਡਕਟ ਨੂੰ ਚੁਣੋ, ਸਹੀ ELD ਨੂੰ ਚੁਣੋ। ਕੋਸ਼ਿਸ਼ ਕਰੋ ਵੀ ਜੇ ਤੁਸੀਂ ਵਾਇਡ ELD ਲੈ ਸਕਦੇ ਹਾਂ, ਕਿਉਂਕਿ ਵਾਇਡ ELD ਥੋੜ੍ਹੀ ਜਿਹੀ ਜਿਹੜੀ ਆ ਉਹ ਸੋਲਿਡ ਹੈਗੀ ਆ, ਥੋੜ੍ਹੀ ਜਿਹੀ ਸਟੇਬਲ ਹੈਗੀ ਆ, ਥੋੜ੍ਹੀ ਜਿਹੀ ਪ੍ਰੋਬਲਮਾਂ ਘੱਟ ਦਿੰਦੀ ਹੈ। ਸੋ ਪਲੀਜ਼ ਸਾਡੇ ਚੈਨਲ ਨੂੰ ਪੰਜਾਬੀ ਟਰੱਕਿੰਗ TV ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਔਰ ਕੋਈ ਕਮੈਂਟ ਹੋਵੇ, ਕੁਛ ਵੀ ਹੋਵੇ ਤਾਂ ਪਲੀਜ਼ ਥੱਲੇ ਜ਼ਰੂਰ ਲਿਖਿਓ ਅਤੇ ਅਸੀਂ ਇਸ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਜ਼ਰੂਰ ਦੇ ਦਿਆਂਗੇ ਜਿੱਥੇ ਕਿ ਤੁਸੀਂ ELD ਦੀ ਲਿਸਟਿੰਗ ਚੈੱਕ ਕਰਨੀ ਹੈ। ਅਤੇ ਪਲੀਜ਼ ਕਮੈਂਟ ਜ਼ਰੂਰ ਕਰਿਓ ਜੇ ਤੁਹਾਨੂੰ ਚੰਗਾ ਲੱਗਾ, ਨਹੀਂ ਵੀ ਚੰਗਾ ਲੱਗਾ ਤਾਂ ਵੀ ਕਮੈਂਟ ਕਰਿਓ, ਤਾਂ ਪਲੀਜ਼ ਸ਼ੇਅਰ ਜ਼ਰੂਰ ਕਰਿਓ। ਆਉਣ ਵਾਲੇ ਸਮੇਂ ਤੱਕ, ਅਗਲੇ ਵੀਡੀਓ ਤੱਕ ਸਤਿ ਸ਼੍ਰੀ ਅਕਾਲ।